9 ਤਰੀਕ 9 ਵਜੇ 30 ਮਿੰਟ ਤੇ ਅਸੀਂ ਟਵਿੱਟਰ ਓਪਨ ਕਰਕੇ ਕਮੈਂਟ ਕੀਤਾ ਵਾ ਕਾਂਗਰਸ ਵਿਨ ਹੋ ਰਹੀ ਹੈ 135 ਸੀਟਾਂ ਤੇ ਕਨਾਰ 135 ਸੀਟਾਂ ਕਰਨਾਟਕਾ ਵਿਨ ਲੈ ਕੇ ਜਾ ਰਹੀ ਹੈ ਕਰਨਾਟਕਾ ਵਿੱਚ ਕਾਂਗਰਸ ਕਿਨ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਵੱਧ ਸਕਦੀਆਂ ਘਟ ਨਹੀਂ ਸਕਦੀਆਂ ਲੇਕਿਨ ਇਹਨਾਂ ਨੂੰ ਬਹੁਤ ਵਿਸ਼ਵਾਸ ਸੀ ਕਿ 135 ਪ੍ਰਭੂ ਨੇ ਮੈਨੂੰ ਦਰਸ਼ਨ ਦਿੱਤਾ ਤੇ 135 ਹੀ ਜਾਣਗੀਆਂ ਸੋ ਸਿੰਸ ਜੋ ਇਹਨਾਂ ਨੂੰ ਵਿਜ਼ਨ ਹੋਈ ਸੀ ਉਹ ਪਰਮੇਸ਼ਰ ਦੁਆਰਾ ਸੀ ਤੋਂ ਨਾ ਘਟ ਨਹੀਂ ਸਕਦੀਆਂ ਕੋਈ ਸੀਟ ਨਹੀਂ ਕੋਈ ਸੁਰ ਦੇਖਣ ਨਹੀਂ ਲੱਗਾ ਅਸੀਂ ਸੁਰ ਵੇਖਣ ਤੋਂ ਇਲੈਕਸ਼ਨ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਉਹਦੇ ਤੇ ਟਵੀਟ ਆਪਣਾ ਕੀਤਾ ਵਾ ਮਤਲਬ ਬਾਅਦ ਵਿੱਚ ਸੁਰ ਦੇਖਣ ਲੱਗਾ ਅੱਜ ਤੱਕ ਦਾ 122 ਤੇ 140 ਉਸ ਤੋਂ ਪਹਿਲਾਂ ਸਾਡਾ ਟਵਿੱਟਰ ਤੁਸੀਂ ਅਕਾਊਂਟ ਸਾਡਾ ਦੇਖ ਸਕਦੇ ਜੀ ਆਈਡੀ ਸ਼ਾਇਦ ਇਹਨਾਂ ਨੇ ਬਾਅਦ ਵਿੱਚ ਜਦੋਂ ਇਹਨਾਂ ਨੂੰ ਪ੍ਰਭੂ ਕੋਲ ਦਰਸ਼ਨ ਹੋਏ ਤੇ ਉਸ ਤੋਂ ਬਾਅਦ ਇਹਨਾਂ ਨੇ ਆਈਡੀ ਬਣਾਈ ਸੀ ਕਰਨਾਟਕ ਇਲੈਕਸ਼ਨ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਇਸ ਵਿਅਕਤੀ ਨੇ ਟਵੀਟ ਰਾਹੀਂ ਦੇ ਦਿੱਤੀ ਸੀ ਕਾਂਗਰਸ ਦੀ ਜਿੱਤ ਦੀ ਜਾਣਕਾਰੀ ਟਵੀਟ ਕਰ ਕਿਹਾ ਸੀ ਕਾਂਗਰਸ 135 ਸੀਟਾਂ ਹਾਸਲ ਕਰ ਕਰੇਗੀ ਜਿੱਤ ਪ੍ਰਾਪਤ ਸੋ ਨਤੀਜੇ ਆਉਣ ਤੋਂ ਬਾਅਦ ਸਭ ਕੁਝ ਹੋਇਆ ਉਸੇ ਤਰ੍ਹਾਂ ਵਿਅਕਤੀ ਦਾ ਕਹਿਣਾ ਰਾਤ ਨੂੰ ਸੁਪਨੇ ਦੇ ਵਿੱਚ ਪਰਮੇਸ਼ਵਰ ਨੇ ਆ ਕੇ ਆਖੀ ਸੀ ਇਹ ਗੱਲ ਪਰ ਨਹੀਂ ਕੀਤਾ ਸੀ ਦੂਜਿਆਂ ਨੇ ਯਕੀਨ ਬਟਾਲੇ ਦੇ ਨੇੜਲੇ ਪਿੰਡ ਦਲੇਰਪੁਰ ਦੇ ਇੱਕ ਵਿਅਕਤੀ ਜਿਸ ਦਾ ਨਾਮ ਕਿ ਸਟੀਫਨ ਹੈ ਸਟੀਫਨ ਵੱਲੋਂ ਕਰਨਾਟਕ ਇਲੈਕਸ਼ਨ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਜਦੋਂ ਰਿਜ਼ਲਟ ਆਵੇਗਾ ਤਾਂ ਉਸ ਦੇ ਵਿੱਚ ਕਾਂਗਰਸ ਨੂੰ 135 ਸੀਟਾਂ ਮਿਲਣਗੀਆਂ ਜੀ ਹਾਂ ਯਾਨੀ ਕਿ ਕਾਂਗਰਸ 135 ਸੀਟਾਂ ਤੇ ਜਿੱਤ ਹਾਸਲ ਕਰੇਗੀ ਸੋ ਉਸੇ ਤਰ੍ਹਾਂ ਹੀ ਹੋਇਆ ਵਿਅਕਤੀ ਨੇ ਕਿਹਾ ਕਿ ਉਸ ਦੀ ਇਸ ਗੱਲ ਦਾ ਕਿਸੇ ਨੇ ਵੀ ਵਿਸ਼ਵਾਸ ਨਹੀਂ ਸੀ ਕੀਤਾ ਤੇ ਵਿਅਕਤੀ ਦਾ ਇਹ ਕਹਿਣਾ ਹੈ ਕਿ ਰਾਤ ਨੂੰ ਉਸ ਦੇ ਸੁਪਨੇ ਦੇ ਵਿੱਚ ਪਰਮੇਸ਼ਵਰ ਨੇ ਆ ਕੇ ਇਹ ਕਿਹਾ ਸੀ ਕਿ ਕਾਂਗਰਸ 135 ਸੀਟਾਂ ਤੇ ਜਿੱਤ ਹਾਸਲ ਕਰੇਗੀ ਤੇ ਜਦੋਂ ਵਿਅਕਤੀ ਆਪਣੀ ਘਰਵਾਲੀ ਨੂੰ ਵੀ ਇਹ ਗੱਲ ਦੱਸਦਾ ਹੈ ਤਾਂ ਉਸਦੀ ਪਤਨੀ ਦੇ ਵੱਲੋਂ ਵੀ ਇਸ ਗੱਲ ਤੇ ਯਕੀਨ ਨਹੀਂ ਕੀਤਾ ਜਾਂਦਾ ਤੇ ਜਿਵੇਂ ਹੀ ਰਿਜ਼ਲਟ ਆਉਣ ਤੋਂ ਬਾਅਦ ਸਭ ਕੁਝ ਉਸੇ ਤਰ੍ਹਾਂ ਹੁੰਦਾ ਤਾਂ ਇਸ ਨੂੰ ਇੱਕ ਪਤਨੀ ਵੱਲੋਂ ਚਮਤਕਾਰ ਕਿਹਾ ਜਾਂਦਾ ਇਸ ਮਾਮਲੇ ਸੰਬੰਧੀ ਜਦੋਂ ਮੀਡੀਆ ਨੇ ਸਟੀਫਨ ਨਾਲ ਅਤੇ ਉਸਦੀ ਪਤਨੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਮੀਡੀਆ ਦੇ ਮੁਖਤਾਰ ਹੋਏ ਆ ਪਰਮੇਸ਼ਵਰ ਨੇ ਦਰਸ਼ਨ ਦਿੱਤਾ ਸੀ 7 ਮਈ ਨੂੰ ਕਰਨਾਟਕਾ ਦੇ ਵਿਜ਼ਨ ਬਾਰੇ ਕਰਨਾਟਕਾ ਕਾਂਗਰਸ ਵਿਨ ਹੋ ਰਹੀ ਆ 9 ਤਰੀਕ 9:30 ਤੇ ਅਸੀਂ ਟਵਿੱਟਰ ਓਪਨ ਕਰਕੇ ਕਮੈਂਟ ਕੀਤਾ ਵਾ ਕਾਂਗਰਸ ਵਿਨ ਹੋ ਰਹੀ ਹੈ 135 ਸੀਟਾਂ ਤੇ 135 ਸੀਟਾਂ ਕਰਨਾਟਕਾ ਵਿਨ ਲੈ ਕੇ ਜਾ ਰਹੀ ਹੈ ਕਰਨਾਟਕਾ ਵਿੱਚ ਕਾਂਗਰਸ ਜਦੋਂ ਤੁਸੀਂ ਕਮੈਂਟ ਕੀਤਾ ਉਦੋਂ ਕਿੰਨੀ ਸੀਟਾਂ ਕੋਈ ਸੀਟ ਨਹੀਂ ਕੋਈ ਸੁਰ ਦੇਖਣ ਨਹੀਂ ਲੱਗਾ ਅਸੀਂ ਸੁਰ ਵੇਖਣ ਤੋਂ ਇਲੈਕਸ਼ਨ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਉਹਦੇ ਤੇ ਟਵੀਟ ਆਪਣਾ ਕੀਤਾ ਵਾ ਮਤਲਬ ਬਾਅਦ ਵਿੱਚ ਸੁਰ ਦੇਖਣ ਲੱਗਾ ਅੱਜ ਤੱਕ ਦਾ 122 ਤੇ 140 ਉਸ ਤੋਂ ਪਹਿਲਾਂ ਸਾਡਾ ਟਵਿੱਟਰ ਤੁਸੀਂ ਅਕਾਊਂਟ ਸਾਡਾ ਦੇਖ ਸਕਦੇ ਜੀ ਪ੍ਰਭੂ ਨੇ ਵਿਜ਼ਨ ਦਿੱਤਾ ਸੀ ਉਹ ਪੂਰਾ ਹੋਇਆ ਵਾ ਇਸ ਦੇ ਵਿੱਚ ਤੇ ਮੈਂ ਘੱਟ ਵੱਧ ਸਕਦੇ ਹਾਂ ਘੱਟ ਨਹੀਂ ਸਕਦੇ ਟਵਿੱਟਰ ਇੱਕ ਪਲੇਟਫਾਰਮ ਦੇ ਵਿੱਚ ਸਾਡੀ ਉਂਝ ਗੱਲ ਪਹੁੰਚਾਉਣ ਦਾ ਕੋਈ ਤੱਕ ਵੀ ਕੋਈ ਰਸਤਾ ਨਹੀਂ ਟਵਿੱਟਰ ਇੱਕ ਨੈਸ਼ਨਲ ਇਹਨਾਂ ਪੜ੍ਹੇ ਤੇ ਇੰਨੇ ਨਹੀਂ ਘੱਟ ਪੜ੍ਹੇ ਹਾਂ ਪਰ ਨੈਸ਼ਨਲ ਮੀਡੀਆ ਸੀ ਅਤੇ ਇਹ ਅਸੀਂ ਨੈਸ਼ਨਲ ਮੀਡੀਆ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਵੀ ਰੱਬ ਜਿਹੜਾ ਵਾ ਅੱਜ ਵੀ ਆਪਣੇ ਬੰਦਿਆਂ ਨਾਲ ਗੱਲਬਾਤ ਕਰਦਾ ਹੈ ਇਹ ਪ੍ਰਭੂ ਨੇ ਦਰਸ਼ਨ ਦਿੱਤਾ ਇੱਦਾਂ ਜਿੱਦਾਂ ਹੁਣ ਅਸੀਂ ਤਾਂ ਅਸੀਂ ਬੈਠੇ ਜੇ ਅਸੀਂ ਦਰਸ਼ਨ ਵਿੱਚ ਪਹਿਲਾਂ ਜਿਹੜਾ ਕਾਂਗਰਸ ਦਾ ਪ੍ਰਧਾਨ ਖੜਕੜੇ ਜੀ ਮਿਲੇ ਨੇ ਦੂਸਰੇ ਨੰਬਰ ਤੇ ਆਪਣੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਆ ਤੇ ਦਰਸ਼ਨ ਦੁਆਰਾ ਹੀ ਇਹ ਹੋਇਆ ਸੀ ਉਹ ਦਰਸ਼ਨ ਨੂੰ ਅਸੀਂ 2 ਦਿਨ ਰੱਖਿਆ ਆਪਣੇ ਕੋਲ ਰੱਖਿਆ ਨਹੀਂ ਸ਼ੇਅਰ ਕਰ ਤੀਸਰੇ ਦਿਨ ਮਾਈਂਡ ਵਿੱਚ ਆਇਆ ਵੀ ਚਲੋ ਅਸੀਂ ਟਵਿੱਟਰ ਦੁਆਰਾ ਹੀ ਆਪਣੀ ਗੱਲ ਰੱਖ ਪਈ ਪਬਲਿਕ ਹੀ ਗੱਲ ਰੱਖ ਸਕੀ ਮੈਂ ਅਗਰ ਟਵੀਟ ਸਪਾਉਂਦਾ ਆਪਣਾ ਦਰਸ਼ਨ ਸਪਾਉਂਦਾ ਤਾਂ ਮੈਂ ਗੁਨਾਹਗਾਰ ਹੋਣਾ ਸੀ ਰੱਬ ਗਾਰ ਕਿਉਂਕਿ ਰੱਬ ਨੇ ਆਲਰੇਡੀ ਮੈਨੂੰ ਪਹਿਲਾਂ ਦਰਸ਼ਨ ਦਿੱਤਾ ਸੀ 135 ਸੀਟ ਕਾਂਗਰਸ ਵਿਨ ਹੋ ਰਹੀ ਆ ਤੇ ਜੇ ਮੈਂ ਇਹ ਨਾ ਦੱਸਦਾ ਨਾ ਪਲੇਟਫਾਰਮ ਤੇ ਉਹ ਰੱਬ ਦੀ ਹੀ ਮਰਜ਼ੀ ਹੈ ਪ੍ਰਭੂ ਦੀ ਮਰਜ਼ੀ ਮੈਂ ਇਸ ਟਵਿੱਟਰ ਪਲੇਟਫਾਰਮ ਤੇ ਗਿਆ ਮੇਰੇ ਕੋਈ ਆਈਡੀ ਨਹੀਂ ਪਹਿਲਾਂ ਮੈਂ ਟਵਿੱਟਰ ਚਲਾਉਣ ਡਿਆ ਮੈਂ ਕਿਹਾ 8 or 9 ਮੈਂ ਆਈਡੀ ਬਣਾਈ ਹੈ ਜਿਸ ਦਿਨ ਦਰਸ਼ਨ ਹੋਇਆ ਦਰਸ਼ਨ ਤੋਂ ਬਾਅਦ ਆਈਡੀ ਬਣਾ ਕੇ ਮੈਂ ਟਵਿੱਟਰ ਤੇ ਗਿਆ ਕਾਂਗਰਸ ਦਾ ਨਿਊਜ਼ ਵੇਖੀ ਜੀ ਕੋਈ ਅਪਡੇਟ ਨਹੀਂ ਰੱਬ ਵੱਲੋਂ ਪ੍ਰਭੂ ਵੱਲੋਂ ਨਹੀਂ ਦਾਵਾ ਤੁਹਾਡੇ ਸਾਹਮਣੇ ਹੀ ਆ ਉਸ ਟਾਈਮ ਅਸੀਂ ਆਖਿਆ ਵੀ ਜੇ ਕੋਈ ਬਿੱਟ ਲਾਉਣਾ ਚਾਹੁੰਦਾ ਆਲਰੇਡੀ
ਇਫ ਯੂ ਵਾਂਟ ਬਿਟ ਆਈ ਐਮ ਰੈਡੀ ਉਹ ਤੁਸੀਂ ਟਵਿੱਟਰ ਸਾਡੇ ਵਿੱਚ ਜਾ ਕੇ ਵੇਖ ਸਕਦੇ ਜੇ ਫੋਨ ਆ ਜੋ ਵੀ ਤੁਸੀਂ ਇਨਕੁਆਇਰੀ ਆਪਣੀ ਰੱਖ ਸਕਦੇ ਜੇ ਮੀਡੀਆ ਦੀ ਤਰਫੋਂ ਕਿ ਅਸੀਂ ਤੁਹਾਡੇ ਨਾਲ ਕੋਈ 400 ਵੀਤ ਨਹੀਂ ਕਰ ਰਹੇ ਕੋਈ ਮੀਡੀਆ ਦੇ ਨਾਲ ਕੋਈ ਪਬਲਿਕ ਦੇ ਨਾਲ ਗੇਮ ਪਲੇਤ ਨਹੀਂ ਕਰ ਰਹੇ ਹਾਂਜੀ ਹਾਂਜੀ ਟਵਿੱਟਰ ਆਈ ਡੀ ਆ ਆਈ ਡੀ 'ਤੇ ਜਾਣਗੇ ਜਿਹੜੇ ਸਾਡੇ ਨਾਲ ਭੈਣ ਭਰਾ ਜੁੜੇ ਆ ਆਈ ਡੀ ਆਲਰੇਡੀ ਦਿੱਤੀ ਗਈ ਆ ਉਹ ਚੈੱਕ ਕਰ ਸਕਦੇ ਨੇ ਤੇ ਐਕਚੁਲੀ ਇਹਨਾਂ ਨੂੰ ਦਰਸ਼ਨ ਹੋਏ ਸੀ ਪ੍ਰਭੂ ਵੱਲੋਂ ਤੇ ਇਹਨਾਂ ਨੇ ਮੇਰੇ ਨਾਲ ਸ਼ੇਅਰ ਵੀ ਕੀਤੇ ਹੋਏ ਸੀ ਇਹ ਮੈਨੂੰ ਕਹਿੰਦੇ ਸੀ ਕਿ ਕੋਈ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਇਹਨੂੰ ਲਿਖ ਕੇ ਤੇ ਪਾਈਏ ਕਿਉਂਕਿ ਪਰਮੇਸ਼ੁਰ ਦੁਆਰਾ ਦਰਸ਼ਨ ਹੋਏ ਤੇ ਪਰਮੇਸ਼ੁਰ ਦੀ ਜਿਹੜੀ ਉਹ ਮਹਿਮਾ ਹੋਵੇ ਲੇਕਿਨ ਮੈਂ ਇੰਨਾ ਧਿਆਨ ਨਹੀਂ ਸੀ ਦਿੱਤਾ ਤੇ ਫਿਰ ਇਹਨਾਂ ਨੇ ਖੁਦ ਹੀ ਆਪਣਾ ਮਤਲਬ ਕਿ ਜੋ ਵੀ ਇਹਨਾਂ ਦੇ ਮਾਇੰਡ ਵਿੱਚ ਆਇਆ ਸੀ ਤੇ ਇਹਨਾਂ ਖੁਦ ਹੀ ਮੈਸੇਜ ਕਰਤਾ ਟਵਿੱਟਰ ਉੱਤੇ ਤੇ 135 ਸੀਟ ਦੇ ਨਾਲ ਇਹ ਕਾਂਗਰਸ ਜਿਹੜੀ ਉਹ ਲੀਡ ਕਰੇਗੀ ਅਤੇ ਵਿਨ ਹੋਏਗੀ ਐਗਜੈਕਟਲੀ ਐਸਾ ਹੀ ਹੋਇਆ ਯੈਸ 135 ਸੀਟਾਂ ਹਾਂਜੀ ਲੇਕਿਨ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਵੱਧ ਸਕਦੀਆਂ ਘੱਟ ਨਹੀਂ ਸਕਦੀਆਂ ਲੇਕਿਨ ਇਹਨਾਂ ਨੂੰ ਬਹੁਤ ਵਿਸ਼ਵਾਸ ਸੀ ਕਿ 135 ਪ੍ਰਭੂ ਨੇ ਮੈਨੂੰ ਦਰਸ਼ਨ ਦਿੱਤਾ ਤੇ 135 ਹੀ ਜਾਣਗੀਆਂ ਸੋ ਸਿੰਸ ਜੋ ਇਹਨਾਂ ਨੂੰ ਵਿਜ਼ਨ ਹੋਈ ਸੀ ਉਹ ਪਰਮੇਸ਼ੁਰ ਦੁਆਰਾ ਸੀ ਤੋ ਨਾ ਘੱਟ ਨਹੀਂ ਸਕਦੀਆਂ ਹਾਂਜੀ ਨਹੀਂ ਪਹਿਲਾਂ ਕਦੀ ਨਹੀਂ ਸੀ ਇਹ ਫਸਟ ਟਾਈਮ ਪਹਿਲਾਂ ਹਾਂਜੀ ਲੇਕਿਨ ਮਤਲਬ ਕਿ ਕਦੀ ਨਹੀਂ ਚਲਾਇਆ ਹੈਗਾ ਆਈ ਡੀ ਸ਼ਾਇਦ ਇਹਨਾਂ ਨੇ ਬਾਅਦ ਵਿੱਚ ਜਦੋਂ ਇਹਨਾਂ ਨੂੰ ਪ੍ਰਭੂ ਕੋਲ ਦਰਸ਼ਨ ਹੋਏ ਤੇ ਉਸ ਤੋਂ ਬਾਅਦ ਇਹਨਾਂ ਨੇ ਆਈ ਡੀ ਬਣਾਈ ਸੀ ਹਾਂਜੀ ਹਾਂਜੀ ਹੁਣ ਅਸੀਂ ਇਸ ਨੂੰ ਚਮਤਕਾਰ ਜਾਂ ਫਿਰ ਇਤਫਾਕ ਸਮਝੀਏ ਇਹ ਤਾਂ ਦਰਸ਼ਕ ਹੀ ਫੈਸਲਾ ਲੈ ਸਕਦੇ ਨੇ ਏਵਨ ਮੀਡੀਆ ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ